ਫਿਰੋਜ਼ਪੁਰ ਦੇ ਵਿੱਚ ਕਿਸਾਨਾਂ ਵੱਲੋਂ ਕੱਢਿਆ ਗਿਆ ਨਸ਼ੇ ਦੇ ਖਿਲਾਫ ਕੈਂਡਲ ਮਾਰਚ। ਉਸ ਤੋਂ ਬਾਅਦ ਫਿਰੋਜ਼ਪੁਰ ਦੇ ਡੀਸੀ ਨੂੰ ਦਿੱਤਾ ਗਿਆ ਮੰਗ ਪੱਤਰ। ਤਸਵੀਰਾਂ ਵੀ ਤੁਹਾਨੂੰ ਦਿਖਾ ਰਹੇ ਹਾਂ ਕਿ ਸੈਂਕੜੇ ਕਿਸਾਨ ਜਿਹੜੇ ਹੈਗੇ ਨੇ ਜੀ, ਸਿਰਫ ਇੱਕ ਕੀ ਨਸ਼ੇ ਵਾਸਤੇ, ਅਸੀਂ ਨਸ਼ੇ ਦੇ ਵਿਰੋਧ ਵਾਸਤੇ, ਨਸ਼ੇ ਦਾ ਬਾਈਕਾਟ ਕਰਨ ਵਾਸਤੇ ਪੂਰੇ ਪੰਜਾਬ ਦੇ 23 ਜ਼ਿਲ੍ਹਿਆਂ ਵਿੱਚ ਭਾਰਤੀ ਕਿਸਾਨ ਸਿੱਧੂਪੁਰ ਵੱਲੋਂ ਹਰੇਕ ਡੀਸੀ ਦੇ ਅੱਗੇ ਇਹ ਮੰਗ ਪੱਤਰ ਲੈ ਕੇ ਦਿੱਤੇ ਨੇ ਅੱਜ, ਨਸ਼ਿਆਂ ਖਿਲਾਫ਼ ਨਸ਼ੇ ਨੂੰ ਬੰਦ ਕੀਤਾ ਜਾਵੇ। ਦੂਜੀਆਂ ਸਰਕਾਰਾਂ, ਭਗਵੰਤ ਮਾਨ ਸਰਕਾਰ ਨੇ ਕਿਹਾ ਸੀ ਸਾਡੀ ਸਰਕਾਰ ਬਣਾ ਦਿਓ, 4 ਹਫ਼ਤਿਆਂ ਵਿੱਚ ਨਸ਼ਾ ਬੰਦ ਕਰ ਦਿਆਂਗੇ। ਕੇਜਰੀਵਾਲ ਨੇ ਕਿਹਾ ਸੀ 3 ਮਹੀਨਿਆਂ ਵਿੱਚ ਹਫ਼ਤੇ ਨਸ਼ਾ ਬੰਦ ਕਰ ਦਿਆਂਗੇ। ਅੱਜ 1.5-2 ਸਾਲ ਹੋ ਗਏ, ਨਸ਼ਾ ਬੰਦ ਕੀ ਹੋਣਾ ਸੀ? ਨਸ਼ਾ ਦੁੱਗਣਾ ਚੌਗਣਾ ਨਸ਼ਾ ਹਰ ਜ਼ਿਲ੍ਹੇ ਵਿੱਚ, ਹਰ ਥਾਂ 'ਤੇ, ਹਰ ਬਸਤੀ 'ਚ, ਹਰ ਮੁਹੱਲੇ 'ਚ ਨਸ਼ਾ ਮਿਲਦਾ, ਇੱਥੋਂ ਤੱਕ ਕਿ ਸੌਦੇ ਦੀ ਦੁਕਾਨਾਂ 'ਤੇ ਜਾ ਕੇ ਨਸ਼ਾ ਮਿਲਦਾ ਹੈ। ਇਸ ਵਾਸਤੇ ਦੂਜੀ ਮੰਗ ਸਾਡੀ ਇਹ ਆ, ਜਿਹੜੇ ਹੜ੍ਹ ਪੀੜਤ ਲੋਕ ਨੇ, ਜਿਨ੍ਹਾਂ ਲੋਕਾਂ ਦੇ ਸੰਦ ਰੁੜ ਗਏ, ਟਰੈਕਟਰ ਰੁੜ ਗਏ, ਬੇੜੇ ਰੁੜ ਗਏ, ਟਰਾਲੀਆਂ ਰੁੜ ਗਈਆਂ, ਇੱਥੋਂ ਤੱਕ ਕਿ ਕੰਬਾਈਨਾਂ ਰੁੜ ਗਈਆਂ, JCB ਸਾਡੇ ਹਲਕੇ ਵਿੱਚ JCB ਮਸ਼ੀਨਾਂ ਦਰਿਆ ਤੋਂ ਅੱਗੇ ਖੜੀਆਂ ਨੇ, ਸਰਕਾਰ ਦਾ ਕੋਈ ਪ੍ਰਬੰਧ ਨਹੀਂ। ਆ ਸਾਡੇ 15-20 ਟਰੈਕਟਰ ਉੱਥੇ ਖੜ੍ਹੇ ਨੇ, ਟਰਾਲੀਆਂ ਖੜੀਆਂ ਨੇ, ਪਰ ਦਰਿਆ ਤੋਂ ਉਰਲੇ ਬੰਨੇ ਲਿਆਉਣ ਦਾ ਕੋਈ ਪ੍ਰਬੰਧ ਨਹੀਂ। ਜਿਹੜਾ ਸਾਡਾ ਆਪਦਾ 8 ਲੱਖ ਦਾ ਲਿਆਂਦਾ ਗਿਆ ਸੀ ਬੇੜਾ, ਉਹ ਦਰਿਆ ਰੋੜ ਕੇ ਲੈ ਗਿਆ, ਹੁਣ ਸਾਡੇ ਕੋਈ ਪ੍ਰਬੰਧ ਨਹੀਂ। ਅਸੀਂ ਸਰਕਾਰ ਨੂੰ ਅਪੀਲ ਕਰਦੇ ਹਾਂ, ਜਲਦੀ ਜਲਦੀ ਕਿਸਾਨਾਂ ਨੂੰ ਜਿਹੜੇ ਬੇੜੇ ਦੇਣੇ ਆ ਉਹ ਜਲਦੀ ਜਲਦੀ ਦੇ ਕੇ ਕਿਸਾਨਾਂ ਦੀ ਮਦਦ ਕੀਤੀ ਜਾਵੇ। ਜਿਹੜੇ ਕਿਸਾਨਾਂ ਦੀ ਫਸਲਾਂ ਡੁੱਬ ਚੁੱਕੀਆਂ ਨੇ, ਝੋਨੇ ਰੋੜ ਗਏ, ਆਪਣੇ ਜਾਨਵਰ ਰੁੜ ਗਏ, ਟਰੈਕਟਰ ਰੁੜ ਗਏ, ਉਹਨਾਂ ਨੂੰ ਜਲਦੀ ਜਲਦੀ ਮੁਆਵਜ਼ਾ ਦੇਣ ਦੀ ਮੰਗ ਅਸੀਂ ਰੱਖਦੇ ਹਾਂ। ਇਸ ਭਗਵੰਤ ਮਾਨ ਸਰਕਾਰ ਸਾਹਿਬ ਨੂੰ ਕਹਿੰਦੇ ਹਾਂ, ਸਾਡੇ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਕੋਈ ਮੰਤਰੀ ਸੰਤਰੀ ਕਿਸੇ ਹਰ ਪੀੜਿਤ ਇਲਾਕੇ ਦਾ ਕੋਈ ਦੌਰਾ ਨਹੀਂ ਕਰਦਾ, ਕੋਈ ਕਿਸੇ ਨੂੰ ਰਾਹਤ ਨਹੀਂ ਗੀ। ਜੇ ਕੋਈ ਬੰਨ ਟੁੱਟਾ ਜਾਂ ਕੋਈ ਟੁੱਟਾ ਹੈ, ਉਹ ਲੋਕ ਆਪਦੇ ਪੱਲਿਓਂ ਤੇਲ ਬਾਲ ਕੇ ਉਹ ਜਾ ਕੇ ਟਰੈਕਟਰ ਨਾਲ ਕਿਰਾਏ ਮਾਰ ਮਾਰ ਕੇ ਬੰਨ ਰਹੇ ਨੇ, ਆਪਦੇ ਘਰੋਂ ਗੱਟੇ ਲਿਆ ਰਹੇ ਨੇ। ਇੱਥੋਂ ਸਰਕਾਰ ਗੱਟੇ ਵੀ ਖਾਲੀ ਨਹੀਂ ਪਹੁੰਚਾ ਰਹੀ, ਇਸ ਤੋਂ ਮਾੜੀ ਗੱਲ ਹੋਰ ਕੀ ਹੋ ਸਕਦੀ ਆ? ਸਭ ਤੋਂ ਵੱਡੀ ਮੰਗ ਸਾਡੀ ਨਸ਼ੇ ਦੀ ਆ, ਦੂਜੇ ਨੰਬਰ ਮੰਗ ਹੈ ਜਿਹੜੇ ਹੜ੍ਹ ਪੀੜਤ ਲੋਕ ਨੇ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ। ਇਹ ਕੀ ਸਾਹਿਬ, ਜਦੋਂ ਪਿਛਲੇ ਸਾਲ ਕੈਪਟਨ ਸਾਹਿਬ ਨੇ ਕਿਹਾ ਸੀ ਵੀ ਅਸੀਂ 4 ਹਫ਼ਤੇ ਨਸ਼ੇ ਨੂੰ ਬੰਦ ਕਰਦੇ ਪੰਜਾਬ ਵਿੱਚੋਂ, 5 ਸਾਲ ਤਾਂ ਉਹਨਾਂ ਨੇ ਸੱਤਾ ਦਾ ਸੁੱਖ ਹੋ ਗਿਆ। ਉਦੋਂ ਬਾਅਦ ਭਗਵੰਤ ਮਾਨ ਜੀ ਜੋ MP ਬਣੇ ਨੇ, ਬੜਾ ਜ਼ੋਰ ਸ਼ੋਰ ਲੋਕਾਂ ਧਰਨਾ ਜੀ ਬਹਿੰਦੇ ਰਹੇ, ਜਾਂਦੇ ਰਹੇ ਵੀ ਆਪਾਂ ਪੰਜਾਬ ਦੇ ਨਸ਼ੇ ਨੂੰ ਖਤਮ ਕਰਨਾ ਹੈ, ਸਾਡੀ ਸਰਕਾਰ ਲੈ ਕੇ ਆਓ। ਲੋਕਾਂ ਨੇ ਇਹਨਾਂ 'ਤੇ ਵਿਸ਼ਵਾਸ ਕੀਤਾ, ਇਹਨਾਂ ਦੀ ਸਰਕਾਰ ਲੈ ਕੇ ਆਉਂਦੀ। ਅੱਜ 1.5 ਸਾਲ ਹੋ ਗਿਆ ਸਰਕਾਰ ਆਈ ਨੂੰ, ਥਾਂ ਥਾਂ 'ਤੇ ਚਿੱਟਾ, ਥਾਂ ਥਾਂ 'ਤੇ ਕੈਪਸੂਲ ਨਸ਼ੀਲੇ ਪਦਾਰਥ ਮਿਲ ਰਿਹਾ, ਸਰਕਾਰ ਦਾ ਕੋਈ ਵੀ ਨਸ਼ਾ ਧਿਆਨ ਬੰਦ ਕਰਾਉਣ ਵਿੱਚ ਕੋਈ ਵੀ ਧਿਆਨ ਨਹੀਂ। ਇਸ ਸੰਬੰਧੀ ਅੱਜ ਪੂਰੇ ਪੰਜਾਬ ਦੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਪੂਰੇ ਪੰਜਾਬ ਦੇ ਵਿੱਚ ਅੱਜ DC ਦਫ਼ਤਰਾਂ ਵਿੱਚ ਮੂਹਰੇ ਜਾ ਕੇ ਮੰਗ ਪੱਤਰ ਦਿੱਤੇ ਗਏ ਵੀ ਪੰਜਾਬ ਦੇ ਵਿੱਚੋਂ ਨਸ਼ਾ ਬੰਦ ਕਿਸ ਤਰੀਕੇ ਨਾਲ ਹੋ ਸਕਦਾ ਹੈ, ਕਿਉਂਕਿ ਜੇ ਸਰਕਾਰ ਨਹੀਂ ਚਾਹੁੰਦੀ ਕਿ ਬੰਦ ਹੋ, ਜਿਸ ਤਰ੍ਹਾਂ ਬਿਜਿੰਦਰ ਸਿੰਘ ਝੋਟਾ ਉਹਨੇ ਨਸ਼ਾ ਕਰਾਉਣੀ ਮੁਹਿੰਮ ਚਲਾਈ ਅਤੇ ਉਹਨੂੰ ਵੀ ਨਾ ਗ੍ਰਿਫਤਾਰ ਕਰਕੇ ਅੰਦਰ ਕਰਤਾ, ਇਸ ਤਰ੍ਹਾਂ ਸਰਕਾਰ ਉਹ ਕਹਿੰਦੇ ਹੁਣ ਸਾਰਿਆਂ ਨੂੰ ਆਪਣੇ ਲੋਕਾਂ ਨੂੰ ਉੱਠਣਾ ਪੈਣਾ, ਘਰ ਘਰ ਤੋਂ ਲੋਕਾਂ ਨੂੰ ਉੱਠਣਾ ਪਊਗਾ, ਨਸ਼ਾ ਫਿਰ ਬੰਦ ਕੀਤਾ, ਕਿਉਂਕਿ ਸਰਕਾਰਾਂ ਨੂੰ ਝਾਕ ਰਹੋ, ਆਪਣੀ ਰਾਖੀ ਆਪ ਕਰੋ, ਸਰਕਾਰਾਂ ਨਹੀਂ ਚਾਹੁੰਦੀਆਂ ਕਿ ਨਸ਼ਾ ਬੰਦ ਹੋਵੇ, ਸਰਕਾਰਾਂ ਨੇ ਤਾਂ ਆਉਣ ਸਮੇਂ ਸੱਤਾ ਸੁੱਖ ਭੋਗਣ ਵਾਸਤੇ ਨਵੇਂ ਨਵੇਂ ਸ਼ੋਸ਼ੇ, ਨਵੇਂ ਨਵੇਂ ਡਰਾਮੇ ਕਰਕੇ ਸੱਤਾ ਜਾ ਜਾਂਦੇ, ਪਰ ਬਾਅਦ 'ਚ ਆਪਣੀ ਕੋਈ ਵੀ ਗੱਲ ਨਹੀਂ ਸੁਣਦਾ।